ਅਸਲਾਮੁਅਲੈਕੁਮ। ਤੋ ਕੀ ਹਾਲ ਏ? ਠੀਕ ਹੋ ਨਾ? ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਸੰਗਲਾ ਟੀ ਵੀ, ਨਾਲ ਦੇਖ ਰਹੇ ਹੋ ਫੇਸਬੁੱਕ ਪੇਜ। ਜਿਸ ਜਿਸ ਬੰਦੇ ਨੇ ਹਮਾਰਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਆ, ਤੋ ਜਲਦੀ ਸੇ ਹਮਾਰਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦੋ, ਫੇਸਬੁੱਕ ਪੇਜ ਕੋ ਫੋਲੋ ਕਰ ਦੋ। ਤੋ ਹਮ ਲੈ ਕੇ ਆਏ ਹੈਂ ਨਿਊ ਬ੍ਰੈਂਡ ਵੀਡੀਓ। ਤੋ ਡੇਲੀ ਬਲੌਗ ਆਤੇ ਹੈ, ਅਬ ਯੂਟਿਊਬ ਚੈਨਲ ਕੋ ਸਬਸਕ੍ਰਾਈਬ ਕਰ ਦੋ, ਅਗਰ ਫੇਸਬੁੱਕ ਪੇ ਦੇਖ ਰਹੇ ਹੋ ਤੋ ਫੇਸਬੁੱਕ ਪੇਜ ਕੋ ਫੋਲੋ ਕਰ ਦੋ। ਤੋ ਚਲੋ ਕਰਤੇ ਵੀਡੀਓ ਸਟਾਰਟ। तो हम जा रहे हैं किसी के घर में सामान छोड़ने के लिए। सोफे हैं ते पंगूरे हैं। पंगूरे जिन्हें नई वीडियो देखी तो उसी नीचे लिंक मिल जाएगा, वो तो उसी वीडियो देख सकते हो पंगूरा बनाने का तरीका सी। तो इसी गल फिर आप बिल्डिंगा बुल्डिंगा नहीं है, मैं इधर कैमरे कुमरे घुमा रहा। तो अच्छे तरीके देख सकते हो इराक के इस टाइम कुछ बंदे कह रहे हैं बहुत ज़्यादा सख्ती हो रही है। ਅਤੇ ਜਿਹੜੇ ਜਿਹੜੇ ਬੰਦੇ ਇਰਾਕ 'ਚ ਵੀਡੀਓ ਵੇਖਣ ਦੇ ਉਹ ਨੀਚੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣ। ਅਤੇ ਇੰਨੇ ਦਿਨ ਮੈਂ ਵੀ ਸਾਡੀ ਦੋਸਤ ਆ ਵਾ ਉਹਦੀ ਦੁਕਾਨ ਹੈ, ਉਹਦੇ ਵੀ ਇਹਨੂੰ ਵੀ ਬੰਦੇ ਦੀ ਲੋੜ ਹੈ ਜਿਸ ਬੰਦੇ ਨੇ ਕੰਮ 'ਤੇ ਵੀ ਕਹਿੰਦਾ ਵੀ ਰਾਬਤਾ ਕਰ ਸਕਦਾ ਹੈ। ਅਤੇ ਕੰਮ 'ਤੇ ਹੋਇਆ ਤਾਂ ਤੁਹਾਨੂੰ ਜ਼ਰੂਰ ਦੱਸ ਦਾਂਗੇ ਵੀ ਆਹ ਬੰਦੇ ਕੁਛ ਕੰਮਾਂ ਵਾਸਤੇ ਕਹਿ ਦਿੰਦੇ ਨੇ ਵੀ ਸਾਨੂੰ ਬੰਦੇ ਚਾਹੀਦੇ ਨੇ ਕੰਮ 'ਤੇ। ਅਤੇ ਫਿਰ ਆਪਣਾ ਕੋਈ ਕਮੈਂਟ ਜੇ ਕੋਈ ਇੰਸਟਾਗ੍ਰਾਮ ਆਈ ਡੀ ਜਾਂ ਵਟਸਐਪ ਨੰਬਰ ਸੈਂਡ ਕਰ ਦਿਓ, ਅਸੀਂ ਉਹਦੇ ਨਾਲ ਰਾਬਤਾ ਕਰ ਦਾਂਗੇ। ਅਤੇ ਆ ਜਾਂਦਾ ਹੈ ਜ਼ਿਆਰਤਾਂ ਨੂੰ ਰੋਡ 'ਤੇ, ਅਸੀਂ ਉੱਥੋਂ ਜਾ ਸਾਈਡ 'ਤੇ ਇਸ਼ਾਰਾ ਲੱਗਾ, ਇਸ਼ਾਰੇ ਤੋਂ ਲੰਘ ਕੇ ਅੱਗੇ ਆ ਜਾਂਦਾ ਇਸ਼ਾਰਾ ਸੁਨਾਹ 'ਤੇ ਆ, ਸਾਰਾ ਸੁਨਾਹ 'ਤੇ ਲੰਘ ਕੇ ਇਸ਼ਾਰੇ ਸੁਨਾਹ 'ਤੇ ਤੋਂ ਅੱਗੇ ਆਣ ਕੇ ਅਸੀਂ ਇੱਧਰ ਤੁਹਾਡੀ ਪਾਰਕ ਜੀ ਆਇਆ ਸੀ, ਬੜੀ ਪਿਆਰੀ ਜੀ ਸੀ, ਬੜੀ ਸੋਹਣੀ ਖੂਬਸੂਰਤ ਸੀ। ਅਤੇ ਮੈਂ ਉੱਧਰ ਨੂੰ ਕੈਮਰਾ ਕੁਮਰਾ ਘੁਮਾਉਣਾ ਯਾਰ, ਅਤੇ ਤੁਹਾਨੂੰ ਘਰ ਵੀ ਵਿਖਾਵਾਂਗੇ ਜਿਹੜੇ ਘਰ ਛੱਡਣ ਜਾ ਰਹੇ ਸਮਾਨ ਵਗੈਰਾ। ਉਹ ਬਿਲਡਿੰਗ 'ਚ ਪਿਛਲੇ ਤਕਰੀਬਨ ਇੱਕ ਸਾਲ ਹੋ ਚੱਲਾ ਜਦੋਂ ਮੈਂ ਨਿਆ ਨਿਆ ਸਭ ਬਿਲਡਿੰਗ 'ਚ ਉਦੋਂ ਅੱਗ ਲੱਗੀ ਸੀ। ਅਤੇ ਉਹ ਵੀ ਵੀਡੀਓ ਬਣਾਈ, ਮੈਂ ਉਹ ਵੀ ਵੀਡੀਓ ਪੋਸਟ ਕਰਾਂਗਾ ਯੂਟਿਊਬ 'ਤੇ ਵੀ ਫੇਸਬੁੱਕ 'ਤੇ ਵੀ, ਤੁਸੀਂ ਉਹ ਵੀ ਦੇਖ ਸਕਦੇ ਹੋ। ਅਤੇ ਕਿਸੇ ਦੇ ਘਰ ਜਾ ਰਹੇ ਹਾਂ ਸਮਾਨ ਸਮੂਨ ਛੱਡਣ, ਅਤੇ ਸੋਫੇ ਸੀ ਅਤੇ ਥੋੜ੍ਹਾ ਜਿਹਾ ਬੈੱਡ ਵਗੈਰਾ ਸੀ। ਤੋ ਬੈੱਡ ਵਗੈਰਾ ਤੋਂ ਪਹਿਲੇ ਉਹਨਾਂ ਦਾ ਘਰ ਹੈ ਸੀ, ਬਸ ਉਹ ਬਣਾਉਣਾ ਸੀ। ਅਤੇ ਪੰਗੂਰਾ ਇੱਕ ਬਣਾ ਕੇ ਆਏ ਹਾਂ, ਠੀਕ ਹੈ, ਪੰਗੂਰਾ ਸ਼ੰਗੂਰਾ ਬਣਾ ਕੇ। ਅਤੇ ਫਿਰ ਬਾਅਦ 'ਚ ਹਾਜੀ ਨੂੰ ਫੋਨ ਕਰਦੇ, ਹਾਜੀ ਆਣ ਕੇ ਲੈ ਜਾਂਦਾ ਸਾਨੂੰ। ਅਤੇ ਇਸ ਵਜ੍ਹਾ ਤੋਂ ਜਲਦੀ ਨਾ ਫਿਰ ਮੈਂ ਕਿਹਾ ਚਲੋ ਬਲੌਗ ਬਣਾ ਲਿਆ, ਛੋਟਾ ਜਿਹਾ ਬਲੌਗ ਹੈ। ਤੋ ਇਹਨੂੰ ਲਾਈਕ ਸਬਸਕ੍ਰਾਈਬ ਫੇਸਬੁੱਕ ਪੇਜ 'ਤੇ ਸ਼ੇਅਰ ਲਾਜ਼ਮੀ ਕਰਨਾ ਆਪਣੇ ਦੋਸਤਾਂ ਦੇ ਨਾਲ, ਕੋਈ ਜਿਹਨੂੰ ਜਿਹਨੂੰ ਇਰਾਕ ਦੀ ਨਹੀਂ ਥੋੜ੍ਹਾ ਪਤਾ ਵੀ ਯਾਰ ਕੋਈ ਦੇਖ ਦੂ ਕੇ ਸ਼ਬ ਸ਼ੜਕਾਂ ਸ਼ੁੜਕਾਂ ਦਾ ਪਤਾ ਲਗਾ ਲਗੂ ਲੇ। ਅਤੇ ਆ ਗਲੀ ਦੀ ਬੈਕ ਸਾਈਡ 'ਤੇ ਘਰ ਆ, ਲੇਕਿਨ ਹਾਂਜੀ ਸਭ ਉਲਟੋ ਜਾ ਰਹੇ ਸੀ ਉੱਤੋਂ ਦੀ ਘੁੰਮ ਕੇ, ਠੀਕ ਹੈ। ਹੁਣ ਇਹ ਤੋਂ ਆਹ ਸਟੋਰ ਆ ਬੜਾ ਵੱਡਾ, ਠੀਕ ਹੈ, ਆ ਗੱਡੀ ਦੀ ਅਗਲੀ ਸਾਈਡ 'ਤੇ ਗਲੀ ਜਾਂਦੀ ਉਹ ਜਾਂ ਘਰ ਅੱਗੇ ਇੱਧਰ ਨਾ ਅੱਜ ਇੱਧਰ ਨੂੰ ਹਾਜੀ ਨੂੰ ਮੈਂ ਕਿਹਾ ਮੈਂ ਕਿ ਇੱਧਰ ਨੂੰ ਹੋਣੀ ਆ, ਕਿਉਂ ਮੈਂ ਪਹਿਲੇ ਵੀ ਇੱਧਰ ਗਲੀ 'ਚ ਕੰਮ ਕਰਨ ਆ ਚੁੱਕਿਆ। ਇਸ ਵਜ੍ਹਾ ਤੋਂ ਮੈਂ ਹਾਜੀ ਨੂੰ ਕਿਹਾ, ਹਾਜੀ ਕਹਿੰਦੇ ਤੈਨੂੰ ਪਤਾ, ਮੈਂ ਕਿਹਾ ਹਾਂ, ਮੈਂ ਕਿਹਾ ਘਰ ਤਾਂ ਨਹੀਂ ਪਤਾ, ਗਲੀ ਦਾ ਪਤਾ ਵੀ ਗਲੀ ਇੱਧਰ ਨੂੰ ਜਾਂਦੀ ਹੈ, ਠੀਕ ਹੈ। ਫਿਰ ਉਹ ਸਾਹਮਣੇ ਜਿੱਥੇ ਗੱਡੀ ਖਲੋਤੀ ਉਹ ਘਰ ਆ, ਅਤੇ ਹਾਜੀ ਉਹਨੂੰ ਫੋਨ ਕਰਨ ਰਹੇ ਸੀ ਉਹਨੂੰ, ਆ ਜਨੇਟਰ ਵਾ ਜਿੱਥੇ ਜਨੇਟਰ ਦਾ ਲੋਕ ਇਹਨਾਂ ਨੂੰ ਨਹੀਂ ਪਤਾ ਪਾਕਿਸਤਾਨੀ ਕੰਮ ਕਿੱਦਾਂ ਕਰਦੇ ਆ, ਆ ਜਨੇਟਰ ਇਹਦਾ ਹੁੰਦਾ ਬਸ ਜਨੇਟਰ ਚਲਾਉਣੇ ਹੁੰਦੇ ਨੇ, ਅਤੇ ਬਸ ਉਹਦੀਆਂ ਤਾਰਾਂ ਤੋਰਾਂ। ਅਤੇ ਅਸੀਂ ਪਹੁੰਚ ਗਏ ਘਰ ਦੇ ਵਿੱਚ, ਆ ਸਮਾਨ ਸਮੂਨ ਲੱਦਿਆ ਸੀ ਜਿਹੜਾ ਤੁਹਾਨੂੰ ਵਿਖਾ ਰਹੇ ਹਾਂ, ਅਤੇ ਉਹ ਘਰ ਹੈ ਪਿੱਛੇ, ਅਤੇ ਦੇਖ ਸਕਦੇ ਹੋ ਵੀ ਆਈ ਪੀ ਘਰ ਸੀ, ਅੰਦਰੋਂ ਵੀ ਸਹੀ ਸੀ, ਨਾ ਕਿਸੇ ਨੇ ਬਣਾਇਆ। ਤੋ ਜਿਸ ਜਿਸ ਬੰਦੇ ਨੇ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਤਾਂ ਜਲਦੀ ਸੇ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦਿਓ, ਫੇਸਬੁੱਕ ਪੇਜ ਕੋ ਫੋਲੋ ਕਰ ਦਿਓ, ਦੋਸਤ ਕੇ ਸਾਥ ਸ਼ੇਅਰ ਕਰ ਦਿਓ। ਓਕੇ, ਅੱਲਾ ਹਾਫਿਜ਼।